ਦੋਸਤੋ, 2 ਦਿਨ ਰਹਿ ਗਏ ਨੇ ਸਿੱਧੂ ਮੂਸੇਵਾਲ ਦੇ ਡਾਇਲਮਾ ਗਾਣੇ ਨੂੰ ਰਿਲੀਜ਼ ਹੋਣ ਦੇ ਵਿੱਚ। ਫੈਨਸ ਦੇ ਵਿੱਚ ਐਕਸਾਈਟਮੈਂਟ ਬਣੀ ਹੋਈ ਆ ਅਤੇ ਫੈਨਸ ਦੇ ਮਨਾਂ ਦੇ ਵਿੱਚ ਇਹ ਵੀ ਆ ਵੀ ਗਾਣਾ ਆਵੇਗਾ, ਕਿਉਂਕਿ ਪਹਿਲਾਂ ਤਾਂ ਆਲਰੇਡੀ ਸਾਰਾ ਪੈਰਾ ਸਿੱਧੂ ਮੂਸੇਵਾਲ ਦਾ ਲੀਕ ਹੋ ਚੁੱਕਿਆ ਹੈ, ਜਿੰਨੇ ਵੀ ਸਿੱਧੂ ਮੂਸੇਵਾਲ ਦੇ ਵਰਸ ਆ। ਅਤੇ ਸਿੱਧੂ ਮੂਸੇਵਾਲ ਦੇ ਹੋਰ ਵਰਸ ਗਾਣੇ ਦੇ ਵਿੱਚ ਹੈਗੇ ਆ ਜਾਂ ਫਿਰ ਨਹੀਂ, ਇਸ ਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ। ਦੋਸਤੋ, ਕੁਝ ਵੀਰਾਂ ਨੇ ਕਮੈਂਟ ਕੀਤਾ ਹੋਇਆ ਸੀ ਵੀ ਹੋਰ ਵਰਸ ਸਿੱਧੂ ਮੂਸੇਵਾਲ ਦੇ ਨਹੀਂ ਨੇ ਗਾਣੇ ਦੇ ਵਿੱਚ, ਜਿੰਨਾ ਲੀਕ ਹੋਇਆ ਬਸ ਉਨਾ ਹੀ ਸਿੱਧੂ ਮੂਸੇਵਾਲ ਦਾ ਵਰਸ ਆ। ਤਾਂ ਇਹ ਥੋੜ੍ਹੀ ਜਿਹੀ ਨਿਰਾਸ਼ਾ ਦੇਖਣ ਨੂੰ ਮਿਲ ਸਕਦੀ ਆ ਸਿੱਧੂ ਮੂਸੇਵਾਲ ਦੇ ਫੈਨਸ ਦੇ ਵਿੱਚ, ਕਿਉਂਕਿ ਆਲਰੇਡੀ ਸਾਰਾ ਗਾਣਾ ਤਾਂ ਸਟੈਫਲਨ ਡੌਨ ਨੇ ਸਿੱਧੂ ਮੂਸੇਵਾਲ ਦਾ ਵਰਸ ਲੋਕਾਂ ਦੇ ਸਾਹਮਣੇ ਪਲੇ ਕੀਤਾ ਹੋਇਆ ਆ। ਬਾਕੀ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਨਿਊ ਵਰਸ ਹੋ ਸਕਦਾ ਹੈ ਜਾਂ ਫਿਰ ਨਹੀਂ। ਅਤੇ ਡਿਸਕ੍ਰਿਪਸ਼ਨ ਫਸਟ ਕਮੈਂਟ 'ਚ ਇੱਕ ਵੀਡੀਓ ਹੈ ਦੋਸਤੋ, ਅੰਮ੍ਰਿਤਸਰ ਦੇ ਵਿੱਚ ਇੱਕ ਕੁੜੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਦੇਖਿਓ ਜ਼ਰੂਰ ਉਸ ਵੀਡੀਓ ਨੂੰ। ਧੰਨਵਾਦ।